ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਜੋ ਲੋਕ ਪਾਣੀ ਬਰਬਾਦ ਕਰ ਰਹੇ ਨੇ ਉਹਨਾਂ ਲਈ ਇਹ ਬਹੁਤ ਹੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲਣਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਨਗਰ ਨਿਗਮ ਚੰਡੀਗੜ੍ਹ ਨੂੰ ਸ਼ਹਿਰ ਦੇ ਕੁਝ ਹਿੱਸਿਆਂ ਦੇ ਵਿੱਚ ਘੱਟ ਪ੍ਰੈਸ਼ਰ ਨਾਲ ਪਾਣੀ ਪਹੁੰਚ ਦੀ ਸ਼ਿਕਾਇਤ ਮਿਲਨੀਆ ਸ਼ੁਰੂ ਹੋ ਗਈਆਂ ਨੇ ਇਸ ਦੇ ਮੱਦੇਨਜ਼ਰ 15 April ਤੋਂ 30 June ਤੱਕ ਪੀਣ ਵਾਲੇ ਪਾਣੀ ਦੇ ਨਾਲ ਕਾਰਾਂ ਧੋਣ ਪਲਾਂਟਾਂ ਨੂੰ ਪਾਣੀ ਦੇਣ ਆਦਿ ਤੇ ਪਾਬੰਦੀ ਲਗਾ ਦਿੱਤੀ ਹੈ ਜੇਕਰ ਕੋਈ ਅਜਿਹਾ ਕਰਦਾ ਪਿਆ ਹੈ ਤਾਂ ਨਿਗਮ ਟੀ ਮੌਕੇ ਤੇ 5512 ਦਾ ਚਲਾਨ ਕੱਟੇਗੀ ਇਸ ਦੌਰਾਨ ਚਲਾਨ ਪਾਣੀ ਦੇ ਬਿੱਲ ਦੇ ਵਿੱਚ ਜੋੜ ਕੇ ਭੇਜਿਆ ਜਾਵੇਗਾ ਨਿਗਮ ਨੇ ਵਾਰਡਰ ਸਪਲਾਈ ਦੇ ਸਮੇਂ ਦੇ ਦੌਰਾਨ ਲਾਣ ਵੇੜਿਆ ਤੇ ਵਾਹਨਾਂ ਨੂੰ ਧੋਣ ਦੇ ਪੂਰਨ ਦੌਰ ਤੇ ਪਾਬੰਦੀ ਲਾ ਦਿੱਤੀ ਹੈ ਇਨ੍ਹਾਂ ਮਤਾਵਾਂ ਲਈ ਪਾਣੀ ਦੀ ਖਪਤ ਪੰਜਾਬ ਤੇ ਪਾਣੀ ਦੀ ਬਰਬਾਦੀ ਦੇ ਦੁਰਵਰਤ ਤੋਂ ਮੰਨੀ ਜਾਵੇਗੀ ਜੀ ਹਾਂ ਇਸ ਤਹਿਤ ਮੌਕੇ ਤੇ ਹੀ 5512 ਰੁਪਏ ਦਾ ਜੁਰਮਾਨਾ ਲਾਇਆ ਜਾਏਗਾ ਬਾਕੀ ਖਬਰ ਨੂੰ ਅੰਤ ਤੱਕ ਦੇਖ ਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ